मॉर्निंग एवरीवन। दोस्तों मैं रमाकांत मक्कर आप सभी दोस्तों का VCN ऑकलैंड में दिल से वार्म वेलकम करता हूं। गुड मॉर्निंग वीक एरियाज, मैं प्रदीप गुप्ता आज आप सभी दोस्तों का वेलकम करता हूं। दोस्तों एक लाइन तो हमने हमेशा सुनी होगी कि डिसीजन मेक्स डेस्टिनी, कि हमारे लिए के डिसीजन हमारी किस्मत को बनाते हैं। यह लाइन VCN के ऊपर 100% लागू होती है, क्योंकि VCN में अभी तक हजारों दोस्तों की लाइफ बदल चुकी है जिन दोस्तों ने VCN माने का डिसीजन लिया था। दोस्तों आज हम VCN ऑकलैंड में एक बार फिर से इकट्ठा हुए हैं। इकट्ठा होने का कारण बहुत ही बड़ा है दोस्तों। हम पहले भी VCN में ऑकलैंड में आते हैं, यहाँ से बहुत सारे दोस्तों ने अपनी कार की जर्नी को शुरू किया है। दोस्तों आज से पहले जब भी हम ऑकलैंड में आते थे तो सिर्फ एक ही अचीवर की कार की जर्नी को शो करते थे, लेकिन आज का दिन VCN के हर एक डिस्ट्रीब्यूटर के लिए बहुत बड़ा दिन है, क्योंकि आज एक कार अचीवर की जर्नी नहीं दिखा रहे, दो की नहीं, तीन की नहीं, चार की नहीं, पांच की नहीं। दोस्तों आज टोटल 8 अचीवर्स की कार की जर्नी VCN ऑकलैंड से शुरू होने जा रही है। तो दोस्तों आइए आज मिलते हैं आज के पहले अचीवर के साथ। प्लीज वेलकम मिस्टर राजविंदर सिंह। ਸਤਿ ਸ਼੍ਰੀ ਅਕਾਲ ਜੀ, ਨਾਂ ਰਜਵਿੰਦਰ ਸਿੰਘ, ਪਿੰਡ ਮੇਟਾ। ਔਰ ਭਵਾਨੀ ਕਬੱਡੀ ਖੇਡਦੇ ਖੇਡਦੇ ਨੂੰ ਇੱਕ ਦਿਨ VCN ਦਾ ਪਲੈਨ ਸ਼ੇਅਰ ਹੋਇਆ ਸੀਗਾ। ਕੁਛ ਪ੍ਰੋਡਕਟ ਵਰਤੇ ਸੀਗੇ, ਉਹਦਾ ਰਿਜ਼ਲਟ ਮਿਲਿਆ। ਆਪਣੇ ਦੋਸਤਾਂ ਨੂੰ, ਆਪਣੇ ਰਿਸ਼ਤੇਦਾਰਾਂ ਨੂੰ, ਭੈਣ ਭਰਾਵਾਂ ਨੂੰ ਉਹ ਰੈਕਮੈਂਡ ਕੀਤੇ, ਜਿਹੜਾ ਉਹਨਾਂ ਨੂੰ ਰਿਜ਼ਲਟ ਮਿਲਿਆ। ਔਰ ਮੇਰੀ ਨਾਲ ਫੈਮਿਲੀ ਪੋਸੀਬਲ ਹੋਈ, ਮੇਰੇ ਬੱਚਿਆਂ ਨੇ ਔਰ ਮੇਰੀ ਵਾਈਫ ਨੇ ਨਾਲ ਸਾਥ ਦੇਣਾ ਸ਼ੁਰੂ ਕੀਤਾ। ਔਰ ਮੈਂ ਕੰਪਨੀ ਵੱਲੋਂ ਬਾਹਰ ਘੁੰਮ ਕੇ ਆਇਆ, ਔਰ ਫਿਰ ਮੈਂ ਪਹਿਲੀ ਕਾਰ ਜਿੱਤੀ। ਉਹਦੇ ਬਿਹਾਵ 'ਤੇ ਮੈਂ ਨਵੀਂ ਕਾਰ ETOS ਖਰੀਦੀ ਸੀਗੀ, ਲੇਕਿਨ ਇੱਦਾਂ ਹੀ ਸਿਲਸਿਲਾ ਚੱਲਦਾ ਗਿਆ। ਟੀਮ ਦੀ ਨਾਲ ਨਾਲ ਬਹੁਤ ਸਾਰੀ ਸਪੋਰਟ ਮਿਲੀ, ਐਜੂਕੇਸ਼ਨ ਸਿਸਟਮ ਦੇ ਨਾਲ ਜੁੜੇ ਰਹੇ, ਪ੍ਰਦੀਪ ਗੁਪਤਾ ਜੀ ਦਾ ਨਾਲ ਪੂਰਾ ਸਾਥ ਮਿਲਿਆ, ਜਿਹਦੇ ਕਰਕੇ ਪਿਛਲੇ ਮੰਥ ਮਈ ਦੇ ਵਿੱਚ ਮੇਰਾ ਆਪਣਾ ਫੈਲਕਨ ਲੈਵਲ ਡਨ ਹੋਇਆ। ਉਹਦੇ ਬਿਹਾਵ 'ਤੇ ਮੈਂ ਹੁਣ ਅੱਜ 20 ਲੱਖ ਦੀ ਕਾਰ ਨਵੀਂ ਲੈ ਕੇ ਆਇਆ, ਜਿਹਦੇ ਨਾਲ ਮੇਰੀ ਔਰ ਮੇਰੀ ਸਾਰੀ ਫੈਮਿਲੀ ਦੀ ਔਰ ਲਾਈਫ ਜਿਹੜੀ ਆ ਟੋਟਲ ਚੇਂਜ ਹੋ ਰਹੀ ਆ। ਮੈਂ ਥੈਂਕ ਯੂ ਕਰਦਾ VCN ਦਾ ਔਰ ਮਿਸਟਰ ਜਸਦੀਪ ਸਿੰਘ ਬਾਬਾ ਜੀ ਦਾ ਔਰ ਸਾਰੀ ਸੀਨੀਅਰ ਟੀਮ ਦਾ। ਥੈਂਕ ਯੂ ਵੈਰੀ ਮੱਚ। और मिलते हैं दोस्तों आज के दूसरे अचीवर के साथ। प्लीज वेलकम मिस्टर अमरीक सिंह। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਨਾਮ ਦੋਸਤੋ ਮੇਰਾ ਅਮਰੀਕ ਸਿੰਘ ਆ, ਪਿੰਡ ਨੱਥੋਵਾਲਾ ਰੈਕੋਡ ਤੋਂ ਬਿਲੋਂਗ ਕਰਦਾ। VCN ਦੇ ਵਿੱਚ ਆਇਆ ਸੀਗਾ ਮੈਂ ਤਕਰੀਬਨ ਅੱਜ ਤੋਂ 8 ਸਾਲ ਪਹਿਲਾਂ। ਜੇ ਪਹਿਲਾਂ ਵੀ ਮੈਂ ਆਪਣੀ ਲਾਈਫ ਦੀ ਗੱਲ ਕਰਾਂ ਤਾਂ ਇੱਕ ਮੇਰੀ ਜਿਹੜੀ ਜ਼ਿੰਦਗੀ ਸੀਗੀ ਮੋਟਰਸਾਈਕਲ ਦੇ ਉੱਤੇ ਚੱਲਦੀ ਪਈ ਸੀਗੀ। ਇੱਕ ਪ੍ਰਾਈਵੇਟ ਜੋਬ ਕਰਦਾ ਸੀਗਾ, ਤਾਂ VCN ਨੂੰ ਕਰਨ ਦਾ ਡਿਸੀਜਨ ਲਿਆ ਸੀਗਾ ਅੱਜ ਤੋਂ 8 ਸਾਲ ਪਹਿਲਾਂ। ਤਾਂ ਜਿਹਦੀ ਬਦੌਲਤ ਜੀ ਜਿਹੜੀ ਲਾਈਫ ਆ ਅੱਜ ਟੋਟਲੀ ਚੇਂਜ ਹੋ ਚੁੱਕੀ ਆ। ਜਿਹੜੀ ਜ਼ਿੰਦਗੀ ਇੱਕ ਮੋਟਰਸਾਈਕਲ ਦੇ ਉੱਤੇ ਚੱਲਦੀ ਪਈ ਸੀ, ਅੱਜ ਜਿਹੜੀ ਮੇਰੀ ਉਹ ਲਾਈਫ ਹੈਗੀ ਆ, ਅੱਜ ਇੱਕ ਲਗਜ਼ਰੀ ਕਾਰ ਦੇ ਵਿੱਚ ਮੇਰੀ ਜ਼ਿੰਦਗੀ ਪਹੁੰਚ ਚੁੱਕੀ ਆ। ਜੇ ਮੈਂ ਦੋਸਤੋ ਆਪਣੀ ਬੈਕਗਰਾਊਂਡ ਦੀ ਗੱਲ ਕਰਾਂ ਤਾਂ ਬੈਕਗਰਾਊਂਡ ਦੇ ਵਿੱਚ ਇੰਨੀ ਵੀ ਪਾਵਰ ਨਹੀਂ ਸੀਗੀ। ਜੋ ਘਰ ਸੀਗਾ ਸਾਡਾ
ਇੱਦਾਂ ਦਾ ਬਣਿਆ ਹੋਇਆ ਸੀ, ਘਰ ਦਾ ਗੇਟ ਵੀ ਛੋਟਾ ਸੀਗਾ, ਘਰ ਦੇ ਵਿੱਚ ਅੰਦਰ ਕਾਰ ਐਂਟਰ ਤੱਕ ਨਹੀਂ ਹੁੰਦੀ ਸੀਗੀ। ਅੱਜ ਮੈਨੂੰ ਮਾਣ ਆ BCM ਦੇ ਉੱਪਰ ਲਏ ਹੋਏ ਡਿਸੀਜਨ ਦੇ ਉੱਤੇ ਜੀ, ਅਤੇ ਜਿਹਦੀ ਬਦੌਲਤ ਅੱਜ ਮੈਂ 16 ਲੱਖ ਦੀ ਆਪਣੀ ਨਿਊ ਬ੍ਰੈਂਡ ਕਾਰ ਲੈ ਕੇ ਆਇਆਂਗਾ। ਇਹ ਸਾਰੀਆਂ ਚੀਜ਼ਾਂ ਲਈ ਮੈਂ ਧੰਨਵਾਦ ਕਰਦਾ ਪੂਰੀ ਕੰਪਨੀ ਦਾ ਜੀ, MD ਸਾਹਿਬ ਦਾ, ਮੱਕੜ ਸਾਹਿਬ ਦਾ, ਜੋ ਸਾਡੀ ਸਪੋਰਟ ਕਰਦੇ ਆ। ਥੈਂਕ ਯੂ। तो दोस्तों आइए मिलते हैं आज के तीसरे अचीवर के साथ, प्लीज वेलकम मिस्टर राजकुमार। सत श्री अकाल जी, नाम राजकुमार, पिंड अठौली तो। BCM तो पहला कई अलग अलग फील्ड में काम किया पर लाइफ में कोई सक्सैस नहीं मिल रही थी। ਪਰ ਅਚਾਨਕ ਇੱਕ ਦਿਨ ਮੇਰੇ ਫਰੈਂਡ ਨੇ ਮੈਨੂੰ BCM 'ਚ ਲੈ ਕੇ ਆਉਂਦਾ, ਮੈਂ BCM ਦੇ ਐਜੂਕੇਸ਼ਨ ਸਿਸਟਮ ਨਾਲ ਜੁੜਨਾ ਸ਼ੁਰੂ ਕੀਤਾ। BCM ਦੇ ਵਿੱਚ ਐਜੂਕੇਸ਼ਨ ਲੈ ਕੇ ਮੈਂ ਆਪਣੇ ਲਈ ਕੰਮ ਕਰਨਾ ਸ਼ੁਰੂ ਕੀਤਾ, ਜਿਹਦੇ ਵਿਹਾਰ 'ਤੇ ਜਿੱਦਾਂ ਜਿੱਦਾਂ ਮੈਂ ਕੰਮ ਨੂੰ ਸਿੱਖਦਾ ਗਿਆ, ਇਹਦੇ ਵਿੱਚੋਂ ਮੈਂ ਪਾਸ ਦੇ ਰਿਵਾਰਡ 9 ਵਾਰ ਵਿਨ ਕੀਤਾ, ਗੋਲਡ ਲੈਵਲ 3 ਵਾਰ ਕੀਤਾ, 2 ਵਾਰ ਥਾਈਲੈਂਡ ਜਾ ਕੇ ਆਇਆ, ਫਿਰ 2,40,000 ਦਾ ਚੈੱਕ ਵਿਨ ਕਰਕੇ ਮੇਰੀ ਫੈਮਿਲੀ ਵਿੱਚ ਪਹਿਲੀ ਵਾਰ ਅਲਟੋ ਕਾਰ ਆਈ ਸੀਗੀ। ਬਹੁਤ ਖੁਸ਼ ਸੀ ਪੂਰੀ ਫੈਮਿਲੀ, ਲਾਈਫ 'ਚ ਪਹਿਲਾਂ ਆਪਣੇ ਕੋਲ ਆਪਣਾ ਮੋਟਰਸਾਈਕਲ ਵੀ ਨਹੀਂ ਸੀ, ਬ੍ਰਦਰ ਦੇ ਮੋਟਰਸਾਈਕਲ ਉੱਤੇ ਕੰਮ ਕੀਤਾ, ਅਤੇ ਚੱਲਦੇ ਚੱਲਦੇ BCM ਵਿੱਚੋਂ ਮੈਂ ਇੱਕ ਦਿਨ ਮਰਾਲ ਲੈਵਲ ਵਿਨ ਕੀਤਾ, ਜਿਹਦੇ ਵਿਹਾਰ 'ਤੇ ਮੈਂ ਆਪਣੀ ਕਾਰ ਚੇਂਜ ਕਰਕੇ ਅਪਗ੍ਰੇਡ ਕੀਤੀ ਹੈਗੀ ਆ। ਬਹੁਤ ਸਾਰੇ ਲੋਕ ਮੈਨੂੰ ਰੋਕਦੇ ਸੀ ਵੀ ਤੂੰ ਇਸ ਕੰਮ ਵਿੱਚ ਕਾਮਯਾਬ ਨਹੀਂ ਹੋ ਸਕਦਾ ਹੈਗਾ, ਮੈਂ ਟਾਟਾ ਨਿਊ 5 ਕਾਰ ਲੈ ਕੇ ਆਇਆ ਹੈਗਾ। ਇਹ 5 ਉਹਨਾਂ ਦੇ ਹੈਗੇ ਜਿਹੜੇ ਮੈਨੂੰ ਰੋਕਦੇ ਸੀ, ਕਹਿੰਦੇ ਸੀ ਤੂੰ ਕਾਮਯਾਬ ਨਹੀਂ ਹੋ ਸਕਦਾ। तो दोस्तों आइए आज के चौथे अचीवर से मिलते हैं, प्लीज वेलकम मिस्टर लखवीर सिंह। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਨਾਮ ਦੋਸਤ ਲਖਵੀਰ ਸਿੰਘ ਔਰ ਰੈਕਡ ਸਿਟੀ ਤੋਂ ਬਿਲੋਂਗ ਕਰਦਾ ਜੀ, ਔਰ BCM ਤੋਂ ਆਉਣ ਤੋਂ ਪਹਿਲਾਂ ਮੈਂ ਸਟੱਡੀ ਕਰਦਾ ਸੀਗਾ, ਔਰ ਸਟੱਡੀ ਕਰਨ ਤੋਂ ਬਾਅਦ ਮੈਂ ਜੋਬ ਵੱਲ ਨਹੀਂ ਟਰਾਈ ਕੀਤਾ, ਨਾ ਹੀ ਕੋਈ ਕੰਮ ਕੀਤਾ, ਪਰ ਮੈਨੂੰ ਮੈਂ ਭਾਗਾਂ ਵਾਲਾ ਜਾਂ ਕਿਸਮਤ ਵਾਲਾ ਮੰਨਦਾ ਆਪਣੇ ਆਪ ਨੂੰ। ਮੈਨੂੰ ਪਹਿਲਾ ਕੰਮ ਮਿਲਿਆ ਅਤੇ ਉਹ ਵੀ BCM ਦਾ ਮਿਲਿਆ ਜੀ, ਔਰ ਮੈਂ ਇਹਦੇ ਵਿੱਚ ਮਿਹਨਤ ਕਰਨੀ ਸ਼ੁਰੂ ਕੀਤੀ। ਏਜ ਘੱਟ ਸੀਗੀ ਜੀ, ਬਹੁਤ ਲੋਕਾਂ ਨੇ ਮੈਨੂੰ ਕਿਹਾ ਇਹ ਕੰਮ ਚੱਲਦੇ ਨਹੀਂ ਹੁੰਦੇ, ਇਹ ਕੰਮਾਂ ਦੇ ਵਿੱਚ ਕੁਝ ਨਹੀਂ ਰੱਖਿਆ, ਪਰ ਮੈਨੂੰ BCM 'ਤੇ ਯਕੀਨ ਸੀ, ਮੈਂ BCM ਦੇ ਪਲੇਟਫਾਰਮ ਨੂੰ ਸਮਝ ਚੁੱਕਿਆ ਸੀ, ਔਰ ਮੈਂ ਕੰਮ ਕਰਨਾ ਸ਼ੁਰੂ ਕੀਤਾ ਜੀ। ਪਹਿਲਾ ਲੈਵਲ ਹੋਇਆ, ਦੂਜਾ ਲੈਵਲ ਹੋਇਆ, ਫਿਰ ਫੋਰਨ ਦਾ ਟੂਰ ਹੋਇਆ, ਔਰ ਉਸ ਤੋਂ ਬਾਅਦ ਮੇਰਾ ਡਾਇਮੰਡ ਲੈਵਲ ਅਚੀਵ ਹੋਇਆ ਜੀ। ਜਿੱਥ ਦੇ ਵਿਹਾਵ 'ਤੇ ਮੈਂ ਇਹਦੇ ਵਿੱਚੋਂ ਆਪਣੀ ਕਾਰ ਲੈ ਕੇ ਆਇਆ ਜੀ, ਟਾਟਾ ਟਿਆਗੋ EV ਇਲੈਕਟ੍ਰਿਕ ਕਾਰ, ਜੋ ਕਿ ਮੈਨੂੰ ਕਰੀਬ ਮੈਨੂੰ 11.5 ਲੱਖ ਦੀ ਪਈ ਹੈ ਜੀ, ਔਰ ਮੈਨੂੰ ਅੱਜ ਖੁਸ਼ੀ ਹੁੰਦੀ ਆ, ਮੈਂ ਅੱਜ ਰੋਜ਼ ਆਪਣੀ 11.5 ਲੱਖ ਦੀ ਕਾਰ, ਬ੍ਰੈਂਡ ਨਿਊ ਕਾਰ ਦੇ ਵਿੱਚ ਰੋਜ਼ ਕੰਮ 'ਤੇ ਨਿਕਲਦਾ, ਔਰ ਮੈਨੂੰ ਮਾਣ ਆ ਜੀ, ਮੈਂ BCM ਦੇ ਨਾਲ ਅਟੈਚ ਹੋਇਆ ਔਰ ਕੰਮ ਕਰਨਾ ਸ਼ੁਰੂ ਕੀਤਾ ਸੀਗਾ, ਔਰ ਉਹਦਾ ਅੱਜ ਮੈਨੂੰ ਫਲ ਮਿਲ ਰਿਹਾ ਵਾ, ਔਰ ਬਹੁਤ ਜਲਦੀ ਹੁਣ ਮੈਂ ਅੱਗੇ ਆਪਣੇ ਲੈਵਲ ਅਚੀਵ ਕਰਾਂਗਾ ਜੀ। ਮੈਂ ਥੈਂਕਸ ਕਰਦਾ ਜੀ BCM ਟੀਮ ਦਾ, ਜਿਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ ਜੀ, ਔਰ ਅੱਗੇ ਮੈਂ ਵਾਅਦਾ ਕਰਦਾ ਜੀ ਇਹ ਕੰਮ ਨੂੰ ਮੈਂ ਹੋਰ ਅੱਗੇ ਤੱਕ ਲੈ ਕੇ ਜਾਊਂਗਾ। ਧੰਨਵਾਦ।
तो आइए दोस्तों मिलते हैं आज के पांचवें अचीवर के साथ। प्लीज वेलकम मिस्टर मनप्रीत सिंह। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਨਾਮ ਮਨਪ੍ਰੀਤ ਸਿੰਘ ਔਰ ਪਿੰਡ ਦੇ ਹਾਣਾ ਡਿਸਟ੍ਰਿਕਟ ਹੁਸ਼ਿਆਰਪੁਰ ਨੂੰ ਬਿਲੋਂਗ ਕਰਦਾ ਹਾਂ। ਔਰ ਵੀਸੀਆਂ ਦੇ ਸਿਸਟਮ ਵਿੱਚ ਆਉਣ ਤੋਂ ਪਹਿਲਾਂ ਦੀ ਗੱਲ ਕਰਾਂ ਤਾਂ ਖੁਦ ਇੰਜੀਨੀਅਰਿੰਗ ਕੀਤੀ ਹੋਈ ਆ ਔਰ ਵੀਸੀਆਂ ਨੂੰ ਦੋਸਤ ਦੇ ਕਹਿਣ ਤੋਂ ਸ਼ੁਰੂ ਕੀਤਾ ਸੀਗਾ। ਔਰ ਵੀਸੀਆਂ ਤੋਂ ਪਹਿਲਾਂ ਦੀ ਗੱਲ ਕਰਾਂ ਤਾਂ ਜਦੋਂ ਇੰਜੀਨੀਅਰਿੰਗ ਕਰਨ ਤੋਂ ਬਾਅਦ ਜੋਬ ਕਰਦੇ 7,500 ਸੈਲਰੀ ਸੀਗੀ ਔਰ ਉਹ ਸੈਲਰੀ ਦੇ ਨਾਲ ਨਾਲ ਵੀਸੀਆਂ ਨੂੰ ਸ਼ੁਰੂ ਕੀਤਾ ਸੀਗਾ। ਔਰ ਜਦੋਂ ਵੀਸੀਆਂ 'ਚ ਅਸੀਂ ਡਰੀਮ ਨਾਮ ਦੇ ਕਦੀ ਸੋਚੇ ਵੀ ਨਹੀਂ, ਸ਼ਬਦ ਵੀ ਨਹੀਂ ਸੋਚੇ ਸੀਗੇ ਔਰ ਚੱਲਦੇ ਚੱਲਦੇ ਸਿਸਟਮ ਨਾਲ ਜੁੜਨੇ ਸ਼ੁਰੂ ਹੋਏ, ਐਜੂਕੇਸ਼ਨ ਨਾਲ ਜੁੜਨਾ ਸ਼ੁਰੂ ਕੀਤਾ, ਸੀਨੀਅਰ ਦੀ ਗਾਈਡਲਾਈਨਸ ਨੂੰ ਫੋਲੋ ਕੀਤਾ ਔਰ ਫਿਰ ਲੈਵਲ ਅਚੀਵ ਹੋਣਾ ਸ਼ੁਰੂ ਹੋਇਆ। ਫਸਟ ਲੈਵਲ ਹੋਇਆ, ਸੈਕਿੰਡ ਲੈਵਲ ਅਚੀਵ ਹੋਇਆ, ਫਿਰ ਥਰਡ ਲੈਵਲ ਅਚੀਵ ਕੀਤਾ ਸੀਗਾ ਔਰ ਅੱਜ ਪ੍ਰਾਊਡਲੀ ਫੀਲ ਕਰਦਾ ਕਿ ਅੱਜ ਆਪਣਾ ਡਾਇਮੰਡ ਲੈਵਲ ਅਚੀਵ ਕੀਤਾ ਔਰ ਡਾਇਮੰਡ ਲੈਵਲ ਦੇ ਵਿਹਾਬ ਦੇ ਉੱਪਰ ਅੱਜ ਨਾਲ ਉਹ ਆਪਣਾ ਉਹ ਪਹਿਲਾਂ ਡਰੀਮ ਪੂਰਾ ਕੀਤਾ ਜਿਹੜਾ ਡਰੀਮ ਸਿਰਫ ਮੈਂ ਇੱਥੇ ਆਣ ਕੇ ਹੀ ਲਿਆ ਸੀਗਾ। ਕਿਉਂਕਿ ਜਦੋਂ ਵੀਸੀਆਂ ਦੀ ਲਾਈਫ ਸ਼ੁਰੂ ਹੋਈ ਸੀ ਤਾਂ ਬੱਸਾਂ 'ਚ ਸ਼ੁਰੂ ਹੋਈ ਸੀਗੀ ਔਰ ਬੱਸਾਂ ਤੋਂ ਸਫ਼ਰ ਚੱਲਦੇ ਚੱਲਦੇ ਮੋਟਰਸਾਈਕਲ ਵੀ ਵੀਸੀਆਂ 'ਚ ਆਣ ਕੇ ਨਵਾਂ ਲਿਆ ਸੀਗਾ ਔਰ ਅੱਜ ਮੇਰੇ ਲਈ ਮਾਣ ਦੀ ਗੱਲ ਹੈ ਕਿ ਆਪਣੀ ਨਵੀਂ ਕਾਰ ਲੈ ਕੇ ਆਇਆ ਸਲੈਰੀਓ ਕਾਰ ਔਰ ਇਹਨਾਂ ਸਾਰੀਆਂ ਚੀਜ਼ਾਂ ਦਾ ਥੈਂਕਫੁੱਲ ਆ ਵੀਸੀਆਂ ਦਾ, ਕੋਰ ਟੀਮ ਦਾ, ਬਾਬਾ ਸਰ ਦਾ ਔਰ ਸਪੈਸ਼ਲ ਥੈਂਕਸ ਪ੍ਰਦੀਪ ਗੁਪਤਾ ਸਰ ਦਾ। ਥੈਂਕ ਯੂ ਸੋ ਮਚ। Our next achiever is our sixth achiever. Please welcome Mr. Gagandeep Swing. ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਗਗਨਦੀਪ ਆ ਜੀ, ਪਿੰਡ ਤਖਤੂਪੁਰਾ ਸਾਹਿਬ ਨੂੰ ਬਿਲੋਂਗ ਕਰਦਾ ਜੀ। ਵੀਸੀਆਈ ਨੂੰ ਸਟਾਰਟ ਕੀਤਾ ਸੀ ਅੱਜ ਤੋਂ 6 ਸਾਲ ਪਹਿਲਾਂ ਜੀ। 6 ਸਾਲ ਮੈਂ ਸ਼ੁਰੂ ਕੀਤਾ ਸੀ ਦੁਕਾਨਦਾਰੀ ਕਰਦੇ ਨੇ, ਪਹਿਲਾਂ ਦੁਕਾਨਦਾਰੀ ਕਰਦਾ ਸੀ, ਪਹਿਲਾਂ ਪ੍ਰੋਡਕਟਾਂ ਦੇ ਰਿਜ਼ਲਟ ਲਏ ਜੀ, ਰਿਜ਼ਲਟ ਮਿਲਣੇ ਸ਼ੁਰੂ ਹੋਏ ਜੀ। ਵੀਸੀਆਈ ਨੂੰ ਪਾਰਟ ਟਾਈਮ ਸ਼ੁਰੂ ਕੀਤਾ, ਪਾਰਟ ਟਾਈਮ ਕਰਦੇ ਕਰਦੇ ਜਦੋਂ ਰਿਜ਼ਲਟ ਮਿਲੇ ਵੀਸੀਆਈ ਨੂੰ ਫੁੱਲ ਟਾਈਮ ਕੀਤਾ ਜੀ। ਅੱਜ ਮੈਂ ਦੁਕਾਨਦਾਰੀ ਪੂਰੀ ਬੰਦ ਕਰ ਚੁੱਕਿਆ ਜੀ। ਵੀਸੀਆਈ 'ਚੋਂ ਤਰੱਕੀ ਸ਼ੁਰੂ ਹੋਈ ਜੀ, ਤਰੱਕੀ ਮੈਂ ਪਹਿਲਾਂ ਡਾਇਮੰਡ ਬਣਿਆ ਜੀ, ਡਾਇਮੰਡ ਬਣ ਕੇ ਤਾਂ ਇੱਥੋਂ ਮੈਂ ਟਾਟਾ ਟਿਆਗੋ ਗੱਡੀ ਲਿਆਂਦੀ ਸੀ ਜੀ, ਟਾਟਾ ਟਿਆਗੋ ਮੈਂ 3 ਸਾਲ ਚਲਾਈ ਆ ਜੀ। 3 ਸਾਲ ਚਲਾ ਕੇ ਅੱਜ ਨਵਾਂ ਪੰਚ ਆਇਆ ਜੀ, ਮੰਨ ਲਓ ਅੱਜ ਐਮਟ ਬਣਿਆ ਜੀ। ਐਮਟ ਦੀ ਪਤਾ ਮੈਨੂੰ 4 ਲੱਖ ਕੰਪਨੀ ਵੱਲੋਂ ਚੈੱਕ ਮਿਲਿਆ ਜੀ, 4 ਲੱਖ ਦੇ ਚੈੱਕ ਦੇ ਹਫ਼ਤੇ ਵੀ ਆਪਣੀ ਨਵੀਂ ਕਾਰ ਜੀ ਟਾਟਾ ਪੰਚ EV ਲਿਆਂਦੀ ਆ ਜੀ। ਅਤੇ ਮੈਂ ਸਾਰੀਆਂ ਗੱਲਾਂ ਦਾ ਧੰਨਵਾਦ ਕਰਦਾ ਜੀ ਆਪਣੀ ਟੀਮ ਦਾ ਜੋ ਮੇਰੇ ਨਾਲ ਸਪੋਰਟ ਕਰਦੀ ਆ, ਸਿਕੰਦਰ ਸਾਹਿਬ, ਮੱਕੜ ਸਾਹਿਬ ਜੀ, ਮਰੀਕ ਸਰ ਜੀ ਅਤੇ ਮੇਰੀ ਡਾਊਨਲਾਈਨ ਟੀਮ ਦਾ ਜਿਨ੍ਹਾਂ ਨੇ ਮੇਰੇ ਨਾਲ ਸਾਥ ਦਿੱਤਾ ਜੀ। ਥੈਂਕ ਯੂ ਜੀ, ਧੰਨਵਾਦ। आइए दोस्तों मिलते हैं आज के 7th अचीवर के साथ। प्लीज वेलकम नवप्रीत कौर संधू। हेलो एवरीवन, मेरा नाम नवप्रीत कौर है और मैं कोटपुरा से बिलोंग कर रही हूं। VCN तो आने से पहले की गल करा तो मैं एज अ प्रोफेसर जॉब कर रही थी, जिथे मेरी सैलरी जस्ट 15,000 थी और VCN मैं इंट्रोड्यूस हुई एज अ हेल्प ਔਰ ਮੈਨੂੰ ਰਿਜ਼ਲਟ ਮਿਲਣੇ ਸ਼ੁਰੂ ਹੋਏ ਔਰ ਮੇਰਾ ਕੋਨਫੀਡੈਂਸ ਲੈਵਲ ਬਿਲਡ ਹੋਣਾ ਸ਼ੁਰੂ ਹੋਇਆ। ਅੱਜ ਮੈਂ ਫੁੱਲ ਟਾਈਮ VCN ਨੂੰ ਕਰ ਰਹੀ ਹੈਗੀ ਹਾਂ ਔਰ ਮੈਨੂੰ ਉਹ ਸਫ਼ਰ ਯਾਦ ਹੈ ਜਦੋਂ ਮੈਂ VCN ਨੂੰ ਪੈਦਲ ਸਟਾਰਟ ਕੀਤਾ ਸੀਗਾ। ਅੱਜ ਕੁਛ ਸਮੇਂ ਬਾਅਦ ਮੈਂ ਇਹਨੂੰ ਐਕਟਿਵਾ 'ਤੇ ਲੈ ਆਉਂਦਾ ਔਰ ਅੱਜ ਮੈਨੂੰ ਬਹੁਤ ਦੱਸਦੇ ਹੋਏ ਪ੍ਰਾਊਡ ਫੀਲ ਹੋ ਰਿਹਾ ਕਿ ਮੈਂ ਆਪਣੀ ਗ੍ਰੈਂਡ I-10 ਦੇ ਵਿੱਚ ਆ ਚੁੱਕੀ ਹੈਗੀ ਹਾਂ।
ਇਹਨਾਂ ਸਭ ਚੀਜ਼ ਦੇ ਲਈ ਥੈਂਕ ਯੂ ਕਰਦੀ ਹੈਗੀ ਹਾਂ। ਮੈਂ ਆਪਣੇ ਪਰਿਵਾਰ ਦੀ ਪਹਿਲੀ ਲੜਕੀ ਹਾਂ ਜਿਹਨੇ ਕਾਰ ਨੂੰ ਖਰੀਦਿਆ ਨਹੀਂ ਜਿੱਤ ਕੇ ਲੈ ਕੇ ਆਉਂਦਾ ਹੈਗਾ। ਔਰ ਮੈਂ ਥੈਂਕਸ ਕਰਦੀ ਹਾਂ MD ਸਰ ਮਿਸਟਰ ਜਸਦੀਪ ਬਾਵਾ ਜਿਨ੍ਹਾਂ ਨੇ ਲੜਕੀਆਂ ਦੇ ਲਈ ਇੰਨਾ ਅੱਛਾ ਪਲੇਟਫਾਰਮ ਬਣਾਇਆ ਜਿੱਥੇ ਉਹ ਆਪਣੇ ਡ੍ਰੀਮਸ ਨੂੰ ਬਣਾ ਵੀ ਸਕਦੀਆਂ ਔਰ ਉਹਨੂੰ ਪੂਰਾ ਵੀ ਕਰ ਸਕਦੀਆਂ ਹੈਗੀਆਂ। ਔਰ ਲਾਸਟ ਥੈਂਕਸ ਮੈਂ ਇਹ ਸੀਨੀਅਰ ਟੀਮ ਜਿਨ੍ਹਾਂ ਨੇ ਮੈਨੂੰ ਪਲ ਪਲ 'ਤੇ ਗਾਈਡ ਕੀਤਾ ਔਰ ਹਮੇਸ਼ਾ ਸਾਥ ਦਿੱਤਾ। ਥੈਂਕਸ BCN ਫੈਮਿਲੀ। तो आइए दोस्तों मिलते हैं आज के एट अचीवर से। प्लीज वेलकम नंदनी मित्तल। हेलो एवरीवन, माय नेम इज नंदनी। मैं मोगा से बिलोंग करती हूँ। BCN में आने से पहले मैं एक हाउसवाइफ थी और फिर मुझे BCN इंट्रोड्यूस हुई। सबसे पहले मैंने प्रोडक्ट यूज किए, मुझे बहुत अच्छे लगे। फिर मैंने लोगों को रेकमेंड करना स्टार्ट किया, एजुकेशन के साथ जुड़ी, सिस्टम को फॉलो किया और सिस्टम को फॉलो करते करते आज मैं डायमंड बनके आपके सामने आई हूँ, जिसमें मैंने अपनी ब्रांड न्यू i20 गाड़ी ली है जिसकी मुझे बहुत ज़्यादा खुशी है। और मैं सिर्फ यही कहना चाहती हूँ कि BCN ही एक ऐसा प्लेटफॉर्म है जो आपको सपने दिखाता नहीं, उसको पूरे भी करता है। और मैं थैंक यू बोलूँगी अपने सीनियर्स का जिनके सपोर्ट की वजह से मैं यहाँ तक पहुँची, और थैंक यू बोलूँगी अपनी टीम का जिन्होंने मेरा साथ दिया। Thank you all.